ਇਹ ਕੁਝ ਤਸਵੀਰਾਂ ਜਲੰਧਰ ਤੋਂ ਆ ਰਹੀਆਂ ਹਨ ਜਿੱਥੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਟਰੈਕਟਰ ਚਾਲਕ ਵੱਲੋਂ ਰੋਕਣ ਤੋਂ ਬਾਅਦ ਲੋਕਾਂ ਨੇ ਤਿੰਨ ਨੌਜਵਾਨਾਂ ਦੀ ਕੀਤੀ ਜੰਮ ਕੇ ਕੁੱਟਮਾਰ। ਦੱਸ ਦਈਏ ਕਿ ਬੂਟਾ ਮੰਡੀ ਮੇਨ ਰੋਡ ਤੇ ਚੱਲ ਰਹੀ ਇੱਕ ਨੌਜਵਾਨ ਕੁੜੀ ਕੋਲੋਂ ਮੋਬਾਈਲ ਖੋਹਣ ਦੀ ਕੀਤੀ ਸੀ ਕੋਸ਼ਿਸ਼। ਪੀੜਤ ਲੜਕੀ ਐਨ ਉਹਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਮਿਲਣ ਲਈ ਜਲੰਧਰ ਸ਼ਹਿਰ ਆਈ ਹੋਈ ਸੀ ਅਤੇ ਉਹਨਾਂ ਨੂੰ ਮਿਲਣ ਲਈ ਜਾ ਰਹੀ ਸੀ ਤਾਂ ਪਿੱਛੋਂ ਤਿੰਨ ਬਾਈਕ ਸਵਾਰਾਂ ਨੇ ਉਸਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਬਾਂਹ ਫੜ ਲਈ। ਬੇਟਾ ਦੁਬਾਰਾ ਕੀ ਨਾਮ ਹੈ ਆਪਣਾ ਔਰ ਕਿੱਥੋਂ ਆ ਰਹੇ ਸੀ ਤੇ ਕੀ ਹੈ ਪੂਰਾ ਮਾਮਲਾ ਥੋੜਾ ਵਿਸਥਾਰ ਨਾਲ ਦੱਸੋ। ਸਰ ਮੇਰਾ ਨਾਮ ਅਨੂ ਹੈ, ਮੈਂ ਆਪਣੇ ਨਾਨਕੇ ਰਹਿੰਦੀ ਹਾਂ ਅਤੇ ਮੇਰੇ ਇੱਥੇ ਵੈਸੇ ਮੈਂ ਬੂਟਾ ਪਿੰਡ ਦੀ ਹਾਂ ਅਤੇ ਬੂਟਾ ਪਿੰਡ ਮੇਰੇ ਫਾਦਰ ਦੀ ਸ਼ੋਪ ਆ ਅਤੇ ਮੈਂ ਉਹਨਾਂ ਤੋਂ ਅਰਜੈਂਟ ਕੰਮ ਸੀਗਾ ਮੈਨੂੰ ਅਤੇ ਮੈਂ ਉੱਥੋਂ ਵਾਪਸ ਆ ਰਹੀ ਸੀ ਉਹਨਾਂ ਨੂੰ ਮਿਲ ਕੇ ਅਤੇ ਜਦੋਂ ਮੈਂ ਆ ਰਹੀ ਸੀ ਅਤੇ ਗੁਰੂ ਰਵਿਦਾਸ ਧਾਮ ਤੋਂ ਮਤਲਬ ਥੋੜ੍ਹਾ ਪਿੱਛੇ ਹੀ ਮੈਨੂੰ ਕਾਲ ਆ ਗਈ ਅਤੇ ਮੈਂ ਆਪਣਾ ਫੋਨ ਜਿਹੜਾ ਪਰਸ 'ਚੋਂ ਬਾਹਰ ਕੱਢਿਆ ਅਤੇ ਫੋਨ ਪਿੱਕ ਕਰਨ ਲੱਗੀ ਸੀਗੀ ਅਤੇ ਜਿੱਦਾਂ ਹੀ ਮੈਂ ਫੋਨ ਬਾਹਰ ਕੱਢਿਆ ਅਤੇ ਪਿੱਛੋਂ ਤਿੰਨ ਜਣੇ ਬਾਈਕ 'ਤੇ ਸੀਗੇ ਬੋਇਜ਼, ਉਹਨਾਂ ਨੇ ਮਤਲਬ ਸਨੈਚਿੰਗ ਕੀਤੀ, ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ, ਮੇਰਾ ਪਰਸ ਨੂੰ ਵੀ ਹੱਥ ਪਾਇਆ ਅਤੇ ਜਦੋਂ ਮਤਲਬ ਉਹਨਾਂ ਨੂੰ ਲੱਗਾ ਕਿ ਫੋਨ ਨਹੀਂ ਉਹਨਾਂ ਦੇ ਹੱਥ ਵਿੱਚ ਆਇਆ ਅਤੇ ਉਹਨਾਂ ਨੇ ਮੇਰੀ ਬਾਂਹ ਫੜ ਕੇ ਇੱਦਾਂ ਮੈਨੂੰ ਨੀਚੇ ਮਾਰ ਦਿੱਤਾ ਅਤੇ ਮੈਨੂੰ ਘਸੀਟਦੇ ਹੋਏ ਨਾਲ ਦੀ ਨਾਲ ਬਾਈਕ ਦੇ ਅੱਗੇ ਲੈ ਗਏ ਗੁਰੂ ਰਵਿਦਾਸ ਧਾਮ ਦੇ ਗੇਟ ਤੱਕ ਅਤੇ ਫਿਰ ਉੱਥੇ ਪਿੱਛੇ ਮੇਰੇ ਟਰਾਲੀ ਆ ਰਹੀ ਸੀਗੀ ਅਤੇ ਉਹਨਾਂ ਨੇ ਮਤਲਬ ਅੰਕਲ ਨੇ ਉਹਨਾਂ ਦੇ ਵਿੱਚ ਮਾਰ ਕੇ ਉਹਨਾਂ ਦੀ ਬਾਈਕ ਉਹ ਸੁੱਟ ਕੇ ਉੱਥੋਂ ਭੱਜ ਗਏ ਅਤੇ ਇੱਕ ਜਣੇ ਨੂੰ ਉਹਨਾਂ ਨੇ ਉੱਥੇ ਮੌਕੇ 'ਤੇ ਫੜ ਲਿਆ ਅਤੇ ਫਿਰ ਦੋ ਜਣੇ ਜਿਹੜੇ ਸੀਗੇ ਉਹਨਾਂ ਨੂੰ ਮਗਰ ਸਾਰੇ ਅੰਕਲ ਹੋਰ ਵੀ ਸੀਗੇ ਉੱਥੇ ਅਤੇ ਉਹ ਗਏ ਉਹਨਾਂ ਨੂੰ ਲੈਣ। ਅਸੀਂ ਤਸਵੀਰਾਂ ਦੇਖੀਆਂ ਸੀਸੀਟੀਵੀ ਵਾਲੀਆਂ, ਉਹਦੇ ਵਿੱਚ ਆਇਆ ਕਿ ਜਿਹੜੇ ਟਰੈਕਟਰ ਟਰਾਲੀ ਵਾਲੇ ਸੀ ਉਹਨਾਂ ਨੇ ਉਹਨਾਂ ਨੂੰ ਇੱਕ ਸਾਈਡ 'ਤੇ ਕਰਤਾ ਰੋਡ ਤੋਂ ਹੀ ਔਰ ਕਾਫੀ ਤੇਜ਼ ਜਾ ਰਹੇ ਸੀਗੇ ਅਤੇ ਉਹਨਾਂ ਨੂੰ ਇੱਕ ਸਾਈਡ 'ਤੇ ਕਰਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ ਅਤੇ ਉਸ ਦੌਰਾਨ ਟਰਾਲੀ ਜਿਹੜੀ ਤੁਹਾਡੇ ਕੋਲੋਂ ਨਿਕਲੀ ਸੀ ਜਦੋਂ ਤੁਹਾਨੂੰ ਘੜੀਸ ਦੇ ਪਏ ਸੀ। ਹਾਂਜੀ ਮੇਰੇ ਬੈਕ ਸਾਈਡ 'ਤੇ ਸੀਗੀ ਬਟ ਮੈਂ ਪਹਿਲਾਂ ਨਹੀਂ ਸੀ ਦੇਖੀ ਅਤੇ ਬਾਅਦ ਵਿੱਚ ਜਦੋਂ ਮੇਰੇ ਕੋਲ ਆਏ ਫਿਰ ਹੀ ਮੈਨੂੰ ਪਤਾ ਲੱਗਾ ਅਤੇ ਫਿਰ ਉਹਨਾਂ ਨੇ ਵੀ ਕਿਹਾ ਕਿ ਮਤਲਬ ਇੱਥੇ ਸਨੈਚਿੰਗ ਕਰਕੇ ਭੱਜੇ ਆ ਅਤੇ ਇਹਨਾਂ ਨੂੰ ਫੜੋ ਅਤੇ ਫਿਰ ਬਾਅਦ ਵਿੱਚ ਸਾਰੇ ਜਣੇ ਉੱਥੇ ਬੈਠੇ ਹੋਏ। ਅਤੇ ਕਿੱਥੇ ਕਿੱਥੇ ਤੁਹਾਡੇ ਹੁਣ ਸੱਟਾਂ ਲੱਗੀਆਂ ਹੈਗੀਆਂ? ਸਰ ਆ ਮੇਰੇ ਦੋਨਾਂ ਨੀਸ 'ਤੇ ਲੱਗੀਆਂ ਅਤੇ ਆਹ ਪੈਰ 'ਤੇ ਲੱਗੀਆਂ ਹੋਈਆਂ, ਬਾਕੀ ਮੈਨੂੰ ਮਤਲਬ ਥੱਲੇ ਮਾਰੇ ਆ ਅਤੇ ਆਹ ਸਾਈਡਾਂ ਵਗੈਰਾ 'ਤੇ ਇੰਟਰਨਲ ਆ। ਤੇ ਪੁਲਿਸ ਨੂੰ ਇਸ ਬਾਰੇ ਤੁਸੀਂ ਸ਼ਿਕਾਇਤ ਦਰਜ ਕਰਵਾ ਦਿੱਤੀ? ਹਾਂਜੀ ਉਸ ਟਾਈਮ ਕਰਵਾ ਦਿੱਤੀ ਸੀਗੀ। ਤੇ ਪੁਲਿਸ ਵਾਲੇ ਉਸ ਮੁੰਡਿਆਂ ਨੂੰ ਲੈ ਗਏ ਨੇ? ਹਾਂਜੀ ਉਹਨਾਂ ਨੂੰ ਅਰੈਸਟ ਕਰ ਲਿਆ ਹੋਇਆ। ਕੀ ਮਾਮਲਾ ਸਰ ਜਿਹੜਾ ਤਿੰਨ ਜਣੇ ਸਾਡੇ ਕੀ ਸਾਡੇ ਸਾਊਥ ਸੈਂਟਰ ਬਲਜੀਤ ਕੁਮਾਰ ਦੇ ਕੋਲ ਇੱਕ ਲੜਕੀ ਨੇ ਅਨੂ ਪੁੱਤਰੀ ਜਿਹੜੇ ਆ ਜਸ਼ਪਾਲ ਬੂਟਾ ਮੰਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਜਾ ਕੇ ਕਿ ਉਹ ਆਪਣੇ ਘਰ ਨੂੰ ਜਾ ਰਹੀ ਸੀ ਬੂਟਾ ਮੰਡੀ ਨੂੰ ਔਰ ਰਸਤੇ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਹਦੇ ਪਾਸੋਂ ਜਿਹੜੀ ਸ਼ੋਅ ਕਰਨੀ, ਉਹ ਮੋਟਰਸਾਈਕਲ ਦਾ ਨਾਮ ਹੀ ਨੰਬਰ ਮੈਨੇ ਦਿੱਤਾ ਸੀ ਵੀ ਸ਼ਵੇਜਾ ਬੀ 0247। ਉਹ ਮੋਟਰਸਾਈਕਲ ਦੇ ਆਧਾਰ 'ਤੇ FIR ਜਿਹੜੀ ਦਰਜ ਕਰਕੇ ਤਿੰਨਾਂ ਵਿਅਕਤੀਆਂ ਦੇ ਖਿਲਾਫ਼ ਅਤੇ ਪੁਲਿਸ ਜਿਹੜੀ ਆਪਣੇ ਇਨਵੈਸਟੀਗੇਸ਼ਨ ਕਰ ਰਹੀ ਸੀ ਰਾਣੇ ਇਨਵੈਸਟੀਗੇਸ਼ਨ। ਲੜਕੀ ਨੇ ਆਪਣੇ ਪਿਤਾ ਨਾਲ ਆ ਕੇ ਫਿਰ ਦੁਬਾਰਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਕਿ ਉਹ ਜਿਹੜੇ ਵਿਅਕਤੀ ਆ ਉਹ ਜੋਲ ਨਗਰ ਦੇ ਨਜ਼ਦੀਕ ਜਿਹੜੇ ਉਸੇ ਮੋਟਰਸਾਈਕਲ ਸਵਾਰ ਘੁੰਮਦੇ ਦੇਖੇ ਗਏ ਆ। ਜੋ ਪੁਲਿਸ ਪਾਰਟੀ ਉਹਨਾਂ ਨੂੰ ਭਾਲਦੀ ਲੱਭਦੀ ਚਾਰਾ ਮੰਡੀ ਦੇ ਨਜ਼ਦੀਕ ਪੁੱਜੀ ਤਾਂ ਦਿਓਲ ਨਗਰ ਦੇ ਪਾਸ ਮੋੜ ਦੇ ਉੱਤੇ ਉਹ ਤਿੰਨੇ ਵਿਅਕਤੀ ਜਿਹੜੇ ਮੋਟਰਸਾਈਕਲ 'ਤੇ ਖੜ੍ਹੇ ਸੀ। ਜੋ ਪੁਲਿਸ ਪਾਰਟੀ ਨੂੰ ਆ ਕੇ ਆਉਂਦੀ ਦੇਖ ਕੇ ਉਹਨਾਂ ਨੇ ਮੋਟਰਸਾਈਕਲ ਤੋਂ ਚੜਾ ਲਏ ਅਤੇ ਆਪਣੇ ਰਵਿਦਾਸ ਚੌਂਕ ਵੱਲ ਨੇ ਤੁਰੇ। ਜੋ ਸਾਡੇ ਸਬ ਇੰਸਪੈਕਟਰ ਬਲਜੀਤ ਕੁਮਾਰ ਅਤੇ ਪੁਲਿਸ ਪਾਰਟੀ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਅੱਗੇ ਜਾ ਕੇ ਜਿਹੜੇ ਮੋਟਰਸਾਈਕਲ ਕਾਫੀ ਜਿਹੜੀ ਆਵਾਜਾਈ ਟਰੈਫਿਕ ਹੋਣ ਕਰਕੇ ਉਹ ਜਿਹੜਾ ਮੋਟਰਸਾਈਕਲ ਉਹਨਾਂ ਦਾ ਸਲਿਪ ਹੋ ਗਿਆ। ਜੋ ਰਾਹਗੀਰ ਮਦਦ ਨਾਲ ਅਤੇ ਇਹਨਾਂ ਨੇ ਆਪਣੇ ਮਦਦ ਨਾਲ ਉਹਨਾਂ ਨੂੰ ਜਿਹੜਾ ਕਾਬੂ ਕੀਤਾ, ਕਾਬੂ ਕਰਕੇ ਜਿਹੜੇ ਉਹ ਤਿੰਨੇ ਜਿਹੜੇ ਆਈਡੈਂਟੀਫਾਈ ਮੌਕੇ 'ਤੇ ਉਹ ਲੜਕੀ ਨੂੰ ਆਈਡੈਂਟੀਫਾਈ ਕਰ ਦਿੱਤੇ ਕਿ ਉਹੀ ਵਿਅਕਤੀ ਜਿਹਨਾਂ ਨੇ ਉਹਨਾਂ ਲੁੱਟਖੋ ਕੀਤੀ ਆ ਔਰ ਜਿਹੜਾ ਲੁੱਟਖੋ 'ਚ ਵਰਤਿਆ ਮੋਟਰਸਾਈਕਲ ਪੁਲਿਸ ਨੇ ਉਹੀ ਬਰਾਮਦ ਕਰ ਲਿਆ ਔਰ ਉਹਨਾਂ ਦੇ ਪਾਸੋਂ ਜਿਹੜਾ ਖੋਇਆ ਹੋਇਆ ਪਰਸ ਆ ਉਹਨਾਂ ਦੀ ਨਿਸ਼ਾਨਦੇਹੀ 'ਤੇ ਉਹ ਵੀ ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ। ਇਹ ਤਿੰਨੇ ਜਿਹੜੇ ਵਿਅਕਤੀ ਜਿਹੜੇ ਫੜੇ ਗਏ ਆ ਇਹਦੇ 'ਚ ਇੱਕ ਸੰਜੀਵ ਕੁਮਾਰ ਆ ਜੋ ਪਿਛੋਕੜਾ ਬਟਾਲੇ ਤੋਂ ਰਹਿਣ ਵਾਲਾ ਪਰ ਹੁਣ ਇੱਥੇ ਗੁਰੂ ਰਵਿਦਾਸ ਨਗਰ 'ਚ ਰਹਿ ਰਿਹਾ ਗਾਂਧੀ ਕੈਦੀ। ਜਿਹੜਾ ਦੂਸਰਾ ਬੰਦਾ ਉਹਦਾ ਨਾਂ ਸਾਜਨ ਆ, ਉਹ ਜਿਹੜਾ ਸਾਜਨ ਆ ਜੀ ਉਹ ਢੋਲੀ ਆ ਅਤੇ ਉਹ ਪਿਛੋਕੜ ਉੱਥੇ ਉੱਥੋਂ ਦਾ ਰਹਿਣ ਵਾਲਾ ਗਾਂਧੀ ਪਿੰਡ ਦਾ ਜੀ। ਤੀਸਰਾ ਜਿਹੜਾ ਹਰਦੀਪ ਸ਼ਰਮਾ ਇਹ ਜਿਹੜਾ ਰਹਿਣ ਵਾਲਾ ਵਾ ਪਿਛੋਕੜ ਬਠਿੰਡੇ ਦਾ, ਇਹ ਪਲੱਸ ਟੂ ਪਾਸ ਆ ਅਤੇ ਇਹ
गांधी कैंपस BSF कलोनी के सेफ्टी जी रह रहा है आईलैट्स के काम के मकसद करना आया सर उन्होंने की मुकदमा दर्ज किया इन्होंने मुकदमा नंबर 275 असी इन्होंने मुकदमा दर्ज कर लिया और 379 के तहत असी मुकदमा दर्ज कर ले चुके अगर फर्दर इन्वेस्टिगेशन चल रही है असी इन्हों को होर वारदातों बारे जो पता करा फिर इन पुलिस रिमांड लैके इन्हों को होर जी मुकदमा के पेश होने की उम्मीद है। हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।